ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਚਤਰਪੁਰਾ ਵਿੱਚ ਚੋਰਾਂ ਨੇ ਹੱਦ ਹੀ ਕਰ ਦਿੱਤੀ ਕਿ ਚਤਰਪੁਰਾ ਦੇ ਪੰਜਾਬ ਨੈਸ਼ਨਲ ਦੇ ਏਟੀਐਮ ਨੂੰ ਹੀ ਉਖਾੜ ਕੇ ਲੈ ਗਏ ਜਿਸ ਦੇ ਵਿੱਚ 2,80,000 ਦੇ ਕਰੀਬ ਕੈਸ਼ ਸੀ। ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਵੀ ਗਾਰਡ ਨਹੀਂ ਹੈ ਜਿਸ ਦੀ ਵਜ੍ਹਾ ਕਰਕੇ ਇੱਥੇ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਹਨ। ਇਸ ਮੌਕੇ 'ਤੇ DSP ਹਰਪ੍ਰੀਤ ਸਿੰਘ, ਬੈਂਕ ਅਧਿਕਾਰੀ ਅਤੇ ਸਾਬਕਾ ਸਰਪੰਚ ਨਛੱਤਰ ਸਿੰਘ ਨੇ ਕਿਹਾ, ਰਾਤ ਚੇਤਨਪੁਰ PNB ਬੈਂਕ 'ਚੋਂ ATM ਸਮੇਤ ਮਸ਼ੀਨ ਚੋਰੀ ਕਰਕੇ ਲੈ ਗਏ ਕੋਈ ਨਾਮਲੂਮ ਵਿਅਕਤੀ। ਇਹਦੇ ਸੰਬੰਧ ਵਿੱਚ ਅਸੀਂ ਕੇਸ ਰਜਿਸਟਰ ਕਰ ਰਹੇ ਹਾਂ। ਸਰ, ਕਿੰਨੇ ਕੁ ਦੀ ਹੋਏਗੀ ਰਕਮ, ਕਿੰਨੀ ਹੋਏਗੀ ਇਹਦਾ? ਫਿਲਹਾਲ ਅਜੇ 2,00,000 ਦੱਸਿਆ ਬੈਂਕ ਨੇ, ਬਾਕੀ ਘੱਟ ਵੱਧ ਹੋ ਸਕਦਾ। CCTV ਕੈਮਰੇ ਦੀ ਫੁਟੇਜ ਮਿਲਣਗੀ? ਉਹ ਵੀ ਨਾਲ ਹੀ ਚੋਰੀ ਕਰਕੇ ਲੈ ਗਏ। ਅਤੇ ਸਰ, ਇੱਥੇ ਗਾਰਡ ਗੂਰਡ ਦਾ ਕੋਈ ਅਰੇਂਜਮੈਂਟ ਨਹੀਂ ਸੀਗਾ? ਗਾਰਡ ਬੈਂਕ ਕੋਲ ਹੈ ਨਹੀਂ, ਕੋਈ ਅਰੇਂਜਮੈਂਟ ਨਹੀਂ। ਕੀ ਨਾਂ ਜੀ ਆਪਣਾ? ਨਵਨੀਤ ਸਿੰਘ। ਹਾਂਜੀ, ਕੀ ਹੋਇਆ ਜੀ ਇੱਥੇ? ਇਹ ਇੰਸੀਡੈਂਟ ਹੋਇਆ ਜੋ ਵੀ ਬ੍ਰਾਂਚ ਹੈ ਆਪਣਾ, ਆਪਾਂ ਪੁਲਿਸ ਨੂੰ ਰਿਪੋਰਟ ਕਰ ਦਿੱਤਾ। ਕਿਹੜੀ ਜਗ੍ਹਾ 'ਤੇ ਬ੍ਰਾਂਚ ਹੈ? ਚੇਤਨਪੁਰ। ਕਿੰਨਾ ਕੈਸ਼ ਹੈ ਜੀ ਏਟੀਐਮ ਦੇ ਵਿੱਚ? ਇਹ ਲੈ ਅਸੀਂ ਜਿਹੜਾ ਸਿਸਟਮ ਖੋਲ੍ਹ ਕੇ ਦੇਖਾਂਗੇ ਤਾਂ। ਸਰ, ਇਹ ਏਟੀਐਮ ਕਿੱਥੇ ਲੱਗਾ ਹੋਇਆ ਜੀ? ਬ੍ਰਾਂਚ ਅੰਦਰ ਹੀ ਲੱਗਿਆ ਸਰ। ਅੱਛਾ ਜੀ, ਅਤੇ ਸਰ ਸਿਕਿਉਰਿਟੀ ਗਾਰਡ ਵਗੈਰਾ ਹੈ ਨਹੀਂ ਸਿੱਧੇ? ਨਹੀਂ ਸਰ, ਬੈਂਕ ਕੋਲ ਆਪਣਾ ਗਨਮੈਨ ਨਹੀਂ ਹੈਗਾ ਬੜੇ ਚਿਰ ਤੋਂ, ਉਹਦੇ ਬਾਰੇ ਕੀ ਕਹਿੰਦੇ? ਨਹੀਂ, ਹਾਲੇ ਕੋਈ ਇਸ ਤਰ੍ਹਾਂ ਗਨਮੈਨ ਨਹੀਂ ਹੈ ਸਰ। ਨਾ ਕੋਈ ਗਨਮੈਨ। ਸਰ, ਤੁਸੀਂ ਲਿਖ ਹੀ ਦਿੱਤਾ ਸੀ ਉਹਨਾਂ ਨੂੰ ਗਨਮੈਨ ਵਾਸਤੇ ਆਪਣੇ ਬੈਂਕ ਵਾਸਤੇ? ਬੈਂਕ ਦੇ ਮੈਨੇਜਰ ਸਾਹਿਬ? ਮੈਨੇਜਰ ਸਾਹਿਬ ਵਾਲੇ ਬਲਾਕ ਕਿੰਨੇ ਪੈਸੇ ਹੈਗੇ? ਛੁੱਟੀ ਤੇ ਠੀਕ ਹੈ ਸਰ। ਜਿਹੜਾ ਤੁਹਾਡੇ ਇੱਥੇ ਕੋਈ CCTV ਫੁਟੇਜ ਲੱਗਾ ਹੈ ਕੈਮਰਾ? ਉਹ ਕੈਮਰੇ ਦਾ ਜਿਹੜਾ ਬੈਕਅਪ ਹੁੰਦਾ ਉਹ ਲੈ ਗਏ। ਕਿੰਨੇ ਕੁ ਜਾਣੇ ਸੀ ਜੀ ਸਰ ਉਹ ਮੌਕੇ 'ਤੇ? ਅਜੇ ਤੱਕ ਟਰੇਸ ਨਹੀਂ। ਪੈਸੇ ਕਿੰਨੇ ਕੁ ਭਾਜੀ ਹੋਣਗੇ ਟੀਮ? ਆਈਡੀਆ ਐਗਜ਼ੈਕਟ ਫਿਗਰ ਲੈ ਅਸੀਂ ਸਿਸਟਮ 'ਚ ਦੇਖਾਂਗੇ ਕੋਈ ਪਤਾ ਨਹੀਂ। ਇਹ ਬੈਂਕ ਬਾਰੇ ਜਿਹੜੀ ਅੱਜ ਚੋਰੀ ਹੋਈ ਆ, ਇਹ ਅੱਗੇ ਵੀ ਇੱਥੇ ਬੈਂਕਾਂ 'ਚ ਦੋਵਾਂ 'ਚ ਕੋਆਪਰੇਟਿਵ ਬੈਂਕ ਅਤੇ ਨੈਸ਼ਨਲ ਬੈਂਕ 'ਚ ਪਹਿਲਾਂ ਵੀ ਚੋਰੀਆਂ ਬੜੀਆਂ ਹੁੰਦੀਆਂ। ਇਹ ਬੈਂਕ ਕਿੱਥੇ ਪੈਂਦਾ ਜੀ? ਇਹ ਚੇਤਨਪੁਰਾ ਬ੍ਰਾਂਚ। ਤੇ ਕਿੰਨੀ ਕੁ ਵਾਰੀ ਚੋਰੀ ਹੋ ਚੁੱਕੀ ਇੱਥੇ? ਪਹਿਲਾਂ ਵੀ ਬੈਂਕਾਂ ਦੇ ਵਿੱਚ ਚੋਰੀ ਹੋਈ? ਕਾਫੀ ਵਾਰ ਚੋਰੀ ਹੋਈ, ਹੁਣ ਪਤਾ ਨਹੀਂ ਕਿੰਨੀ ਕੁ ਵਾਰ ਹੋਈ ਆ, ਪਰ ਇੱਥੇ ਕੋਈ ਗਾਰਡ ਨਹੀਂ ਗਾ, ਇਸ ਕਰਕੇ ਇੱਥੇ ਗਾਰਡ ਬੜਾ ਜ਼ਰੂਰੀ ਆ। ਰਾਤ ਵੀ ਦਿਨੇ ਵੀ ਨਹੀਂ ਗਾਰਡ ਹੁੰਦਾ, ਬਲਕਿ ਇੱਥੋਂ ਦੀ ਪੁਲਿਸ ਜਿਹੜੀ ਲਾਗੂ ਹੁੰਦੀ ਉਹ ਆਣ ਕੇ ਇੱਥੇ ਬਹਿੰਦੇ ਆ, ਅਤੇ ਬੈਂਕ ਵਾਲਿਆਂ ਕੋਈ ਵੀ ਗਾਰਡ ਅਜੇ ਤੱਕ ਨਹੀਂ ਇਹਨਾਂ ਰੱਖਿਆ, ਨਾ ਰਾਤ ਨਾ ਦਿਨੇ। ਇਸ ਕਰਕੇ ਜਿਹੜੀ ਬੜੀ ਮੰਦਭਾਗੀ ਇਹ ਘਟਨਾ ਹੋਈ ਆ, ਅਤੇ ਇਲਾਕੇ ਨੂੰ ਚਾਹੀਦਾ ਇਹ ਹੋਰ ਵੀ ਚੋਰੀਆਂ ਹੋ ਸਕਦੀਆਂ ਇਸ ਅੱਡੇ ਦੇ ਵਿੱਚ, ਮਤਲਬ ਚਾਹੀਦਾ ਵਾ ਹੋਰ ਵੀ ਚੌਂਕੀਦਾਰ ਰੱਖਣੇ, ਰਾਤ ਹੋਰ ਬੜੀਆਂ ਦੁਕਾਨਾਂ ਨੇ ਉਹ ਵੀ ਲੁੱਟੀਆਂ ਜਾ ਸਕਦੀਆਂ ਇਸ ਹਿਸਾਬ ਨਾਲ। ਇਸ ਤਰ੍ਹਾਂ ਸਾਡਾ ਇੱਥੇ ਘਰ ਆ, ਇੱਕੋ ਘਰ ਆ ਸਿਰ ਰੈਸ਼, ਹੋਰ ਕੋਈ ਇੱਥੇ ਰੈਸ਼ ਨਹੀਂ ਹੈਗੀ। ਜਿਹੜੀ CCTV ਫੋਟੋ ਜਿਹੜੇ ਬਾਹਰ ਕੈਮਰੇ ਲੱਗੇ ਉਹਦਾ DVD ਕਿੱਥੇ ਹੈਗਾ ਜੀ? ਉਹਦਾ DVD ਨਹੀਂ, ਕੋਈ ਵੀ ਨਹੀਂ। ਵਾਸੀ ਸਾਰੇ ਹੀ ਮਤਲਬ ਇਹ ਡਿਮਾਂਡ ਕਰਦੇ ਹਾਂ ਬੈਂਕ ਅਧਿਕਾਰੀਆਂ ਨੂੰ ਵੀ ਅਤੇ ਪੁਲਿਸ ਵਾਲਿਆਂ ਨੂੰ ਵੀ, ਵੀ ਇੱਥੇ ਕੋਈ ਨਾ ਕੋਈ ਜ਼ਰੂਰ ਜਿਹੜਾ ਗਾਰਡ ਜਾਂ ਸਿਕਿਉਰਟੀ ਗਾਰਡ ਜ਼ਰੂਰ ਰੱਖਣੇ ਚਾਹੀਦੇ ਆ, ਤਾਂ ਕਿ ਇਲਾਕਾ ਜਿਹੜਾ ਸੇਫ ਹੋਵੇ, ਇਹੋ ਜਿਹੀਆਂ ਚੋਰੀਆਂ ਹਟ ਸਕਣ, ਅਤੇ ਸਾਡੀ ਹੋਰ ਜ਼ੋਰ ਸਾਰਿਆਂ ਹੀ ਡਿਮਾਂਡ ਹੈ। ਧੰਨਵਾਦ।